ਲੁਟੇਰੇ ਆ ਜਾਣਗੇ ਜਿਹੜਾ ਪੰਜਾਬ ਨੂੰ ਤਬਾਹ ਕਰ ਦੇਣਗੇ। ਦੇਖੋ ਬੰਦਰ ਬਾਦ ਸਾਹਿਬ ਨੇ ਜਿਹੜੇ ਉਹ ਲਵਾਈ ਸੀਗੇ ਲਿਫਟ ਪੰਪ ਉਹਨਾਂ ਨੂੰ ਬੰਦ ਕਰਾ ਕੇ ਕਿਸਾਨਾਂ ਤੇ ਜਿਹੜੇ ਹੁਣ ਉਹਨਾਂ ਪਰਚੇ ਦਰਜ ਕੀਤੇ ਜਾ ਰਹੇ ਆ ਇਸ ਪਿੰਡਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੈ ਪਾਣੀ ਦੀ। ਹਾਂਜੀ ਅੱਜ ਮੈਂ ਇੱਥੇ ਲਾਲਬਾਈ ਪਿੰਡ 'ਚ ਆਈ ਹਾਂ ਤੇ ਮੈਨੂੰ ਇੱਕ ਹੋਰ ਤਾਨਾਸ਼ਾਹੀ ਫਰਮਾਨ ਸਰਕਾਰ ਦਾ ਸੁਣਨ ਨੂੰ ਦੇਖਣ ਨੂੰ ਮਿਲਿਆ ਜਿੱਥੇ ਬਾਦਲ ਸਾਹਿਬ ਨੇ ਲਿਫਟ ਪੰਪ ਲਗਾਏ ਸੀ ਕਿ ਜਿਹੜਾ ਪਿੰਡਾਂ ਨੂੰ ਪਾਣੀ ਨਹੀਂ ਜਾਂਦਾ ਇਹ ਵਿਚਾਰੇ ਵੀ ਆਪਦੀ ਰੋਜ਼ੀ ਕਮਾ ਲੈਣ ਤਾਂ ਇਹਨਾਂ ਆਪਣੇ ਖੇਤਾਂ ਨੂੰ ਪਾਣੀ ਦੇ ਦੇਣ। ਹੁਣ ਅੱਜ ਦੇ ਸਮੇਂ 'ਚ ਜਿੱਥੇ ਝੋਨੇ ਨੂੰ ਸਭ ਤੋਂ ਵੱਧ ਪਾਣੀ ਦੀ ਲੋੜ ਹੈ ਤਾਨਾਸ਼ਾਹੀ ਫਰਮਾਨ ਲਿਖ ਕੇ ਭੇਜ ਦਿੱਤਾ ਗਿਆ ਐਕਸ ਸੀ ਐਨ ਸਾਹਿਬ ਵੱਲੋਂ ਕਿ ਜੀ ਲਿਫਟ ਪੰਪ ਸਾਰੇ ਇੱਕ ਹਫ਼ਤਾ ਚੱਲਣਗੇ ਅਤੇ ਇੱਕ ਹਫ਼ਤਾ ਬੰਦ ਹੋਣਗੇ ਅਤੇ ਜੇ ਚਲਾਏ ਗਏ ਤਾਂ ਸ਼ਾਮ ਦੇ 4 ਵਜੇ ਤਾਈਂ ਪਰਚੇ ਦਰਜ ਹੋ ਜਾਣਗੇ ਅਤੇ ਉਹ ਵੀ ਗਿਣੇ ਚੁਣੇ ਜਿਹੜੇ ਆਪਣੇ ਬੰਦੇ ਨੇ ਅਕਾਲੀ ਦਲ ਦੀ ਪੰਚਾਇਤਾਂ ਨੇ ਭਾਵੇਂ ਥਰਾਜ ਵਾਲਾ ਹੋਵੇ ਭਾਵੇਂ ਲੂਰ ਬਾਈ ਜਿਹੜੇ ਆਪਣੇ ਬੰਦਿਆਂ ਨੇ ਉਹਨਾਂ ਨੂੰ ਬਾਈ ਨਿਯਮ ਕਰਕੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ। ਥਾਣੇ ਵਿੱਚ ਐਕਸ ਸੀ ਐਨ ਅਬੋਹਰ ਨੇ ਰਿਟਰਨ ਭੇਜਿਆ ਕਿ ਇਹਨਾਂ ਦੇ ਸ਼ਾਮ ਤਾਈਂ 4 ਵਜੇ ਤਾਈਂ ਪਰਚੇ ਦਰਜ ਹੋ ਜਾਣ ਜੇ ਲਿਫਟ ਪੰਪ ਬੰਦ ਨਾ ਕੀਤੇ ਗਏ। ਸੋ ਹੁਣੇ ਐਕਸ ਸੀ ਐਨ ਸਾਹਿਬ ਨਾਲ ਮੈਂ ਗੱਲ ਕੀਤੀ ਹੈ, ਮਤਲਬ ਸਰਕਾਰ ਦਾ ਇਹ ਮੈਂ ਤਾਂ ਪਹਿਲੀ ਵਾਰੀ ਆਹ ਦੇਖਿਆ ਹੈਗਾ ਕਿ ਆਪਣਿਆਂ ਅਤੇ ਪਰਾਇਆਂ ਦੇ ਵਿੱਚ ਇੰਨਾ ਫਰਕ ਕਿ ਇੱਥੇ ਭਾਵੇਂ 200 ਲਿਫਟ ਪੰਪ ਹੈਗੇ ਲੇਕਿਨ ਸਿਰਫ ਅਕਾਲੀਆਂ ਨੂੰ ਗਿਣ ਚੁਣ ਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਅਤੇ ਇਹ ਵੀ ਕੋਈ ਗੱਲ ਨਹੀਂ ਹੋਈ ਕਿ ਜਿਹੜਾ ਨੂੰ ਰੋਜ਼ੀ 'ਚ ਬਾਦਲ ਸਾਹਿਬ ਲਗਾ ਕੇ ਗਏ ਸੀ ਤੁਸੀਂ ਕਾਰਡ ਕੱਟ ਲਏ ਤੁਸੀਂ ਪੈਨਸ਼ਨ, ਹੁਣ ਇਹਨਾਂ ਦੇ ਕੀ ਰੋਜ਼ੀ ਵੀ ਕੱਟਣੀ ਹੈ ਤੁਸੀਂ ਪਾਣੀ ਬੰਦ ਕਰਕੇ? ਇੱਕ ਪਾਸੇ ਤਾਂ ਰਾਜਸਥਾਨ ਨੂੰ ਵੱਧ ਪਾਣੀ ਦੇ ਰਹੇ ਹੋ, ਇੱਕ ਪਾਸੇ ਜਦ ਪਾਣੀ ਵੱਧ ਆਉਂਦਾ ਹੈ ਤਾਂ ਤੁਸੀਂ ਬੰਨ ਚਾਂਦਪੁਰਾ ਬੰਨ ਤੋੜ ਕੇ ਪੰਜਾਬ ਦੇ ਪਿੰਡਾਂ ਨੂੰ ਦਬੋ ਦਿੰਦੇ ਹੋ ਤਾਂ ਕਿ ਹਰਿਆਣਾ ਬਚ ਜਾਏ, ਅਤੇ ਪੰਜਾਬ ਕਿਹੜੇ ਪਾਸੇ ਜਾਏ? ਕਦੇ ਪਾਕਿਸਤਾਨ ਪਾਣੀ ਇੱਥੇ ਭੇਜਦਾ ਹੈ, ਪੰਜਾਬ ਡੁੱਬਦਾ ਹੈ, ਹਰਿਆਣਾ ਰਾਜਸਥਾਨ ਕਹਿੰਦੇ ਅਸੀਂ ਵੱਧ ਪਾਣੀ ਨਹੀਂ ਲਵਾਂਗੇ। ਸੋ ਹਰ ਪੱਖੋਂ ਪੰਜਾਬ ਦੇ ਉੱਤੇ ਦਿੱਲੀ ਦੀ ਪਾਰਟੀਆਂ ਹਾਵੀ ਹੋ ਕੇ ਪੰਜਾਬ ਦਾ ਨੁਕਸਾਨ ਕਰ ਰਹੀਆਂ ਨੇ। ਤਕੜੇ ਹੋ ਕੇ ਖੇਤਰੀ ਪਾਰਟੀ ਨੂੰ ਲੋਕ ਮਜ਼ਬੂਤ ਕਰਨ ਤਾਂ ਕਿ ਅਸੀਂ ਤਕੜੇ ਹੋ ਕੇ ਇਹਨਾਂ ਦੇ ਹੱਕਾਂ ਦੀ ਲੜਾਈ ਲੜਨ ਜੋਗੇ ਹੋਈਏ। ਮੈਂ ਤਾਂ ਕਹਿੰਦੇ ਜਦੋਂ ਤੇ ਸੰਗਰੂਰ ਦੇ ਮਾਸਟਰ ਦੇ ਮੁੰਡੇ ਨੂੰ ਮੁੱਖ ਮੰਤਰੀ ਲੋਕਾਂ ਨੇ ਬਣਾਇਆ ਹੈ, ਜਿਹੋ ਜਿਹੇ ਪੰਜਾਬ ਦੇ ਲੋਕਾਂ ਨੂੰ ਕੁੱਟਮਾਰ ਪਈ ਹੈ, ਜਿਹੜਾ ਕਹਿੰਦਾ ਸੀ ਕਿਸੇ ਨੂੰ ਕੁੱਟਿਆ ਨਹੀਂ ਜਾਊਗਾ, ਕਿਸੇ ਦੀ ਪੱਗ ਨਹੀਂ ਰੁਲੂਗੀ, ਕਿਸੇ ਬੀਬੀ ਦੀ ਚੁੰਨੀ ਨਹੀਂ, ਕਿਸੇ ਨੂੰ ਟੈਂਕੀ 'ਚ ਨਹੀਂ ਚੜਨਾ ਪਊਗਾ, ਉਹ ਵਿਚਾਰੀ ਟੈਂਕੀ 'ਚ ਚੜੀ ਹੋਈ ਜਿਹਨੂੰ ਭੈਣ ਬਣਾਇਆ ਸੀ ਕੇਜਰੀਵਾਲ ਅਤੇ ਭਗਵੰਤ ਮਾਨ ਨੇ, ਉਹਨੂੰ ਅੱਜ ਤਾਈਂ ਤੰਗ ਕਰਕੇ ਉਹਨੂੰ ਕੁੱਟਿਆ ਮਾਰਿਆ ਜਾ ਰਿਹਾ। ਤਾਂ ਹੁਣ ਤੁਸੀਂ ਦੱਸ ਰਹੇ ਹੋ ਸੰਗਰੂਰ 'ਚ ਟੀਚਰਾਂ ਨੂੰ ਮੁਲਾਜ਼ਮਾਂ ਨੂੰ ਕੁੱਟਿਆ ਗਿਆ, ਇਸ ਤੋਂ ਪਹਿਲੇ ਕਿਸਾਨਾਂ ਨੂੰ ਇੰਨੀ ਬੁਰੀ ਤਰ੍ਹਾਂ ਜਿਹੜਾ ਆਪਦਾ ਮੁਆਵਜ਼ਾ ਹੜਾਂ ਦੀ ਮਾਰ ਕਰਕੇ ਮੁਆਵਜ਼ਾ ਮੰਗ ਰਹੇ ਸੀ, ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਸਾਡਾ ਇੱਕ ਭਰਾ ਪ੍ਰੀਤਮ ਸਿੰਘ ਸ਼ਹੀਦ ਹੀ ਹੋ ਗਿਆ ਉੱਥੇ। ਅਤੇ ਕਿਹੜਾ ਵਰਗ ਹੈਗਾ, ਕਦੇ ਅਫਸਰਾਂ ਦੇ ਉੱਤੇ, ਅਫਸਰਸ਼ਾਹੀ ਦੇ ਉੱਤੇ ਉਹਨਾਂ ਨੂੰ ਤਾਨਾਸ਼ਾਹੀ ਜਿਵੇਂ ਔਰੰਗਜ਼ੇਬ ਦਾ ਪੁੱਤ ਬਣ ਗਿਆ ਹੁੰਦਾ ਹੈਗਾ, ਉਹਨਾਂ ਨੂੰ ਧਮਕਾਉਂਦਾ ਹੈਗਾ, ਕਦੇ ਕਿਸਾਨਾਂ ਨੂੰ ਮਾਰ ਕੁੱਟ ਕਰਕੇ ਉਹਨਾਂ ਨੂੰ ਕਤਲ ਕਰਦਾ ਹੈਗਾ, ਅਤੇ ਕਦੇ ਆਪਣੇ ਜਿਹੜੇ ਆਪਣੇ ਮੁਲਾਜ਼ਮ ਨੇ ਉਹਨਾਂ ਨੂੰ ਟੀਚਰਾਂ ਨੂੰ ਜ਼ਲੀਲ ਕਰਦਾ ਹੈ। ਜੇ ਮੁੱਖ ਮੰਤਰੀ ਦੇ ਆਪ ਦੇ ਹਲਕੇ 'ਚ ਇੱਕੋ ਬਾਦਲ ਸਾਹਿਬ ਹੁੰਦੇ ਸੀ, ਜਦ ਇਹ ਵਿਰੋਧੀ ਵੀ ਬਾਦਲ ਸਾਹਿਬ ਦੇ ਕੋਲ ਆਉਂਦੇ ਸੀ ਬਤੌਰੇ ਮੁੱਖ MP ਬਣ ਕੇ ਬਾਦਲ ਸਾਹਿਬ ਦੇ CM ਹਾਊਸ ਦੇ ਸਾਹਮਣੇ ਆਉਂਦਾ ਸੀ, ਬਾਦਲ ਸਾਹਿਬ ਆਪ ਪਾਣੀ ਲੈ ਕੇ ਚਾਹ ਲੈ ਕੇ ਕਹਿੰਦੇ ਸੀ ਕਾਕਾ ਜੀ ਆਓ ਬੈਠੋ ਤਾਂ ਮੈਨੂੰ ਗੱਲ ਦੱਸੋ, ਅਤੇ ਆਪਣੇ ਹਲਕੇ 'ਚ ਆਪਣਿਆਂ ਦੀ ਨਹੀਂ ਸੁਣ ਸਕਦਾ। ਇਹ ਇਕੱਲੇ ਆਪ ਦੀ ਕੁਰਸੀ ਬਚਾਉਣ ਵਾਸਤੇ, ਕੇਜਰੀਵਾਲ ਨੂੰ ਚਮਕਾਉਣ ਵਾਸਤੇ ਅੱਜ ਸਾਡੇ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ, 2 ਮਹੀਨੇ ਹੋਣ ਨੂੰ ਆਏ ਹੈ, ਦਿੱਲੀ ਦੇ ਪੈਸੇ ਵੀ ਖਾਤੇ ਵਿੱਚ ਪਏ ਹੋਏ ਨੇ, ਉਹ ਪੈਸੇ ਤਾਂ ਲੋਕਾਂ ਨੂੰ ਇਹ ਸੌਖਿਆਈ 'ਚ ਕੀ ਦੇਣਾ, ਉਹਨਾਂ ਪੈਸਿਆਂ ਦੀ ਦੁਰਵਰਤੋਂ ਕਰਨ ਵਾਸਤੇ ਪੰਚਾਇਤਾਂ ਨੂੰ ਭੰਗ ਕੀਤਾ ਗਿਆ ਗੈਰ ਕਾਨੂੰਨੀ ਤਰੀਕੇ ਦੇ ਨਾਲ, ਆਪ ਦੇ ਬੰਦੇ ਲਗਾ ਕੇ ਗਰੀਬ ਕਿਸਾਨ ਦਾ ਪੈਸਾ ਲੁੱਟ ਕੇ ਕਿਵੇਂ ਖਾਈਏ, ਕੇਜਰੀਵਾਲ ਨੂੰ ਚਮਕਾਈਏ ਅਤੇ ਜੇਬ ਭਰੀਏ, ਉਹਦੀ ਪੂਰੀ ਕੋਸ਼ਿਸ਼ ਕੀਤੀ, ਜਿਹਦੀ ਅਕਾਲੀ ਦਲ ਨੇ ਨਿਗਰਾਨੀ ਕੀਤੀ ਅਤੇ ਤਮਾਚਾ ਮਾਰਿਆ ਅਦਾਲਤ ਨੇ, ਤਾਂ ਇਹਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ। ਅਫਸੋਸ ਦੀ ਗੱਲ ਕਿ ਪੰਜਾਬ ਆਰਥਿਕ ਤੌਰ 'ਚ ਰੋਜ਼ ਕਮਜ਼ੋਰ ਹੋਈ ਜਾ ਰਿਹਾ ਹੈ, ਲੋਕਾਂ ਦੇ ਕਾਰਡ ਕੱਟੇ ਜਾ ਰਹੇ ਨੇ, ਇਹਨਾਂ ਦੀ ਪੈਨਸ਼ਨਾਂ ਕੱਟੀਆਂ ਜਾ ਰਹੀਆਂ ਨੇ, ਹੁਣ ਜਿਹੜੇ ਬਾਦਲ ਸਾਹਿਬ ਪਾਣੀ ਵੀ ਦਿੰਦੇ ਸੀ ਉਹ ਪਾਣੀ ਵੀ ਸਾਡਾ ਹਰਿਆਣੇ ਨੂੰ ਵੱਧ ਅਤੇ ਪੰਜਾਬ ਨੂੰ ਘੱਟ ਮਿਲ ਰਿਹਾ। ਰੋਜ਼ ਤਾਨਾਸ਼ਾਹੀ ਨਵੀਂ ਚੀਜ਼ਾਂ ਫਰਮਾਈਆਂ ਜਾਂਦੀਆਂ ਨੇ, ਸ਼ਾਮ ਤਾਈਂ ਫੈਸਲੇ ਵਾਪਸ ਲਿੱਤੇ ਜਾਂਦੇ ਨੇ, ਕਿਉਂਕਿ ਮੁੱਖ ਮੰਤਰੀ ਸਾਹਿਬ ਸਵੇਰੇ ਪੰਜਾਬ 'ਚ ਜਿਵੇਂ ਨਸ਼ਾ ਵਧਿਆ ਲੱਗਦਾ ਮੁੱਖ ਮੰਤਰੀ ਨਿਵਾਸ 'ਚ ਵੱਧ ਗਿਆ ਹੈਗਾ, ਕਿਉਂਕਿ ਕਿਹੜੇ ਨਸ਼ੇ ਵਿੱਚ ਕੀ ਖਾਂਦੇ ਪੀਂਦੇ ਨੇ, ਕੀ ਫੈਸਲਾ ਕਰਦੇ, ਸ਼ਾਮ ਨੂੰ ਉਹੀ ਫੈਸਲਾ ਵਾਪਸ ਲੈਣਾ ਪੈਂਦਾ ਹੈ। ਮੈਂ ਬੇਨਤੀ ਕਰਦੀ ਹਾਂ ਲੋਕਾਂ ਨੂੰ, ਤਕੜੇ ਹੋ ਕੇ ਜਿਹੜਾ ਵੀ ਤੁਹਾਡਾ ਆਮ ਆਦਮੀ ਪਾਰਟੀ ਦਾ MLA ਜਾਂ ਵਰਕਰ ਤੁਹਾਡੇ ਪਿੰਡਾਂ 'ਚ, ਤੁਹਾਡੇ ਇਲਾਕੇ 'ਚ, ਤੁਹਾਡੇ ਵਿੱਚ ਆਉਂਦਾ ਹੈ, ਜਵਾਬ ਲਓ। ਬੀਬੀਆਂ ਨੂੰ ਬੇਨਤੀ ਕਰਦੀ ਹਾਂ, ਬਹੁਤ ਵੱਡੀ ਗਿਣਤੀ 'ਚ ਤੁਸੀਂ 1000 ਰੁਪਏ ਮਗਰ ਲੱਗ ਕੇ ਇਹਨਾਂ ਦੀ ਸਰਕਾਰ ਬਣਾਈ ਸੀ, ਜੇ 18,000 ਤੁਹਾਡੇ ਖਾਤੇ ਵਿੱਚ ਨਹੀਂ ਪਹੁੰਚੇ ਨੇ, ਇਹਨਾਂ ਨੂੰ ਆਪਣੇ ਘਰਾਂ ਵਿੱਚ, ਆਪਣੇ ਪਿੰਡਾਂ ਵਿੱਚ ਵੜਨ ਨਾ ਦਿਓ। ਕਿਸਾਨਾਂ ਨੂੰ ਬੇਨਤੀ ਕਰਦੀ ਹਾਂ, ਜਿਹੜੇ ਕਹਿੰਦੇ ਸੀ ਗੁਰਦੌਰੀਆਂ ਬਾਅਦ ਨੂੰ ਹੋਣਗੀਆਂ, ਪਹਿਲੇ ਮੁਆਵਜ਼ੇ ਆਣ ਕੇ ਮਰੀ ਮੁਰਗੀ ਦਾ, ਮਰੀ ਚਿੜੀ ਦਾ, ਅੱਜ ਮਰੀ ਹੋਈ ਫਸਲ ਤੱਕ ਦਾ ਮੁਆਵਜ਼ਾ ਨਹੀਂ ਦਿੱਤਾ, ਆਪਣੇ ਪਿੰਡਾਂ 'ਚ ਨਾ ਇਹਨਾਂ ਨੂੰ ਵੜਨ ਦਿਓ। ਜਦੋਂ ਤਾਈਂ ਜਵਾਬਦੇਹ ਨਹੀਂ ਬਣਾਉਂਗੇ, ਇਹ ਸਰਕਾਰਾਂ ਝੂਠ ਮਾਰ ਕੇ ਉਹਦੇ ਘਰ ਘਰ ਨੌਕਰੀ,
कदे नशे की गुटका की सौह खा के कांग्रेस लुट के लै जाऊगी या फिर यहोजे लुटेरे आ जाएंगे जो पंजाब नूं तबाह कर देंगे। बकरवाल साहब ने जिहड़े ओह लवाए सीगे लिफ्ट पंप उन्हां नूं बंद करा के किसानां ते जिहड़े हुण उन्हां नूं परचे दर्ज कीते जा रहे हैं, इस पिंडां नूं बहुत ज़्यादा मुश्किल है पानी की। हाँ जी, अज मैं इत्थे लालबाई पिंड च आई हाँ तो मैनूं एक होर तानाशाही फुरमान सरकार का सुनन नूं देखन नूं मिलिया जिथे बादल साहब ने लिफ्ट पंप लगाए सी कि जिहड़ा पिंडां नूं पानी नहीं जांदा ये बेचारे भी आपकी रोजी कमा लैन तो इन्हें अपने खेतों को पानी दे देन। हुण अज दे समय जिसे झोने सब तो वध पानी की लोड़ है तानाशाही फुरमान लिख के भेज दिता गया एक सी एन साहब वालों कि जी लिफ्ट पंप सारे एक हफ्ता चलन गए तो एक हफ्ता बंद हो गए तो जे चलाए गए तो शाम के 4 बजे तक परचे दर्ज हो जाएंगे। तो वह भी गिने चुने जड़े अपने बंदे ने अकाली दल की पंचायतों ने भावें थराज वाला हो भावें लूरबाई जो अपने बंद ने उन्होंने बाई नियम करके उन्होंने डराया धमकाया जा रहा थाने में। एक सी एन अभोर ने रिटर्न भेजा कि इन्होंने शाम तक 4 बजे तक परचे दर्ज हो जाए जे लिफ्ट पंप बंद ना किए गए। सो हमने एक सी एन साहब नाल मैं गल की है मतलब सरकार का ये मैं तो पहली बार आ देखा हैगा कि अपन पराया दे इन्ना फर्क कि इतने भावें 200 लिफ्ट पंप है लेकिन सिर्फ अकालियां गिन चुन के उन्होंने टारगेट किया जा रहा है। तो यह भी कोई गल नहीं हुई कि जिन्होंने रोजी जो बादल साहब लगा के गए थे कार्ड कट ले पेंशन हूँ इन्हों की रोजी भी कटनी है तुम पानी बंद करके एक पास तो राजस्थान वो पानी दे रहे हो एक पास जब पानी वध आता है तो तुम बन चांदपुरा बन तोड़ के पंजाब के पिंडा दबो देंगे ताकि हरियाणा बच जाए तो पंजाब किहड़े पासे जाए कदे पाकिस्तान पानी इत्थे भेजदा है पंजाब डुबदा है हरियाणा राजस्थान कहिंदे असीं वध पानी नहीं लवांगे। सो हर पक्षों पंजाब के उत्ते दिल्ली की पार्टियां हावी होकर पंजाब का नुकसान कर रही ने तकड़े होकर खेतरी पार्टी लोकी